crying. I mean, मैं videos देखती थी, लोग रोते थे, मुझे ऐसे लगता था, I love Diljit but I won't cry. But I was crying in the show because I was like, okay, I feel it now. I was like, why do people cry? But now I know why do they cry after seeing him. दिल नू तेरे नाल किन्ना प्यारे सानू ते कहना भी नहीं आउंदा. ऐसा लगता है कि मैं आपको कब से जानती हूँ, ऐसे लगता ही नहीं है कि you are a celebrity, but for us आप हम में से एक हो. Thank you for representing us on the stage. ए तो बाद ही दुनिया तो चल गई आसी और कई डिमेंशन चा हुन ए दुनिया च नहीं है गए मेरे आईफोन आ फिक्का पाला हुन दिखदा नहीं बस सिर्फ पंजाब दिखदा. दिलजीत जी ਤੁਸੀਂ ਤੇ ਪੈਰਿਸ ਚ ਸਾਨੂੰ ਬੈਠੇ ਬੈਠੇ ਪੰਜਾਬ ਭਜਾ ਦਿੱਤਾ, ਰੋਣਕਾਂ ਲਾ ਦਿੱਤੀਆਂ. ਮੈਂ ਅਜੇ ਤੱਕ ਨਾਰਮਲ ਨਹੀਂ ਹੋ ਰਹੀ, ਸੀਰੀਅਸਲੀ ਇੰਨਾ ਡਾਂਸ ਕੀਤਾ, ਇੰਨਾ ਡਾਂਸ ਕਿ ਮੈਂ ਦੱਸ ਨਹੀਂ ਸਕਦੀ. ਆਪਣੀ ਲਾਈਫ ਚ ਸਭ ਤੋਂ ਜ਼ਿਆਦਾ ਡਾਂਸ ਮੈਂ ਅੱਜ ਕੀ ਪੀਚ ਦਿੱਤੀ, ਸਭ ਕੁਝ ਨਾ ਅਸੀਂ ਇਮੋਸ਼ਨਲ ਹੋ ਗਏ, ਅਸੀਂ ਇੱਕ ਦੂਜੇ ਨੂੰ ਚੁੱਪੀਆਂ ਪਾਈ ਜਾਂਦੇ ਹੀ ਵਾਰ ਵਾਰ. ਸੁਣਨੇ ਕੇ ਬਾਅਦ ਆਈ ਐਮ ਅਮੇਜ਼ਡ ਆਈ ਲਵ ਹਿਮ ਮੋਰ ਦੈਨ ਮਾਈ ਬੋਏਫ੍ਰੈਂਡ. ਥੈਂਕ ਯੂ. ਅਸੀਂ ਤਾਂ ਦਿਲਜੀਤ ਦੇ ਛੋਟੇ ਹੁੰਦੇ ਦੇ ਫੈਨ ਸੀ ਤੇ ਛੋਟੇ ਹੁੰਦੇ ਦੇ ਗਾਣੇ ਸੁਣ ਰਹੇ ਸੀ ਤੇ ਇਸ ਕਰਕੇ ਸਾਡਾ ਤੇ ਇੱਕ ਇਸ ਲਾਈਕ ਡ੍ਰੀਮ ਕਮ ਟਰੂ ਹੋ ਗਿਆ ਜੀ. ਸੋ ਪ੍ਰਾਊਡ. ਇਹਦਾ ਲੱਗਦਾ ਬਈ ਮਾਣ ਸਾਨੂੰ ਵੀ ਹੈ, ਜਿੰਨਾ ਉਹਨਾਂ ਨੂੰ ਹੋਵੇ ਤਾਂ ਜ਼ਿਆਦਾ ਹੀ ਆ, ਪਰ ਉਹਨਾਂ ਮਾਣ ਸਾਨੂੰ ਵੀ ਆ ਬਈ ਆਪਣਾ ਬੰਦਾ ਇੱਥੇ ਖੜਿਆ ਸਟੇਜ ਤੇ ਇੰਨੀ ਖੁੱਤੀ. ਮੈਂ ਕਹ ਰਿਹਾ ਫਰਾਂਸ ਨੂੰ ਪਿੰਡ ਵਰਗਾ ਬਣਾਤਾ ਇੱਕ ਨੰਬਰ. ਬਿਲਕੁਲ. ਆ ਦੇਖੋ ਪੂਰਾ ਪਿੰਡਾਂ ਦਾ ਮਾਹੌਲ ਬਣਾ ਰੱਖਿਆ. ਪੰਜਾਬੀ ਆ ਗਏ ਸਪੈਸ਼ਲ ਇਟਲੀ ਤੋਂ ਪੈਰਿਸ ਆਏ ਆ ਸਿਰਫ ਦਿਲਜੀਤ ਦੇ ਲਈ, ਉਹ ਵੀ ਅੱਜ ਦੇ ਦਿਨ, ਕਿਉਂਕਿ 2 ਦਿਨ ਸੀਗੇ ਬਟ ਅਸੀਂ ਉਹਦਾ ਸ਼ੋਅ ਨਹੀਂ ਮਿਸ ਕਰਨਾ ਸੀ, ਅਸੀਂ ਸਪੈਸ਼ਲ ਆਏ ਆ. ਥੈਂਕ ਯੂ ਸੋ ਮਚ ਦਿਲਜੀਤ, ਪੰਜਾਬੀ ਆ ਗਏ. ਮਜ਼ਾ ਆ ਗਿਆ ਭਾਜੀ, ਇਸ ਦਿਨ ਨੂੰ ਨਹੀਂ ਭੁੱਲਣਾ ਸੀ. Best performance ever. Koi bhi performance, like American, Indian, like best performance. Asi Paris bhi aake dekhe, asi aage California to, par asi Paris aake bhi dekhe asi. Main ta heart kita si, end te, unhan ne mere wal dekhe na ke heart ki. ਪਲੀਜ਼ ਪੈਨ ਦੇ ਵੋਰ ਨਾ, ਪਰ ਤੁਹਾਡਾ ਕਰਕੇ ਸਾਨੂੰ ਇੱਥੇ ਦਾ ਕਲਚਰ ਪਤਾ ਲੱਗਦਾ ਤੇ ਤੁਹਾਡਾ ਕਰਕੇ ਪੰਜਾਬੀ ਵੀ ਸਿੱਖਣ ਨੂੰ ਮਿਲਦੀ ਆ, ਕਿਉਂਕਿ ਤੁਹਾਡੇ ਗਾਣਿਆਂ 'ਚ ਰਿਪੀਟ ਹੋਣ ਚੱਲਦੇ ਆ. ਐਨਰਜੀ ਬਹੁਤ ਹਾਰਡ ਸੀ ਤੇ ਮੈਂ ਬੰਦੇ ਰੋਂਦੇ ਵੇਖੇ ਆ, ਬਟ ਓਵਰਆਲ ਬਿਊਟੀਫੁਲ ਬਿਊਟੀਫੁਲ. ਕਿ ਮੈਂ ਉਹਨੂੰ ਰੀਅਲ 'ਚ ਦੇਖਣਾ ਸੀਗਾ ਤੇ ਉਸ ਤੋਂ ਬਾਅਦ ਇੱਦਾਂ ਸੀਗਾ ਮੈਂ ਕੋਈ ਅਲੱਗ ਹੀ ਦੁਨੀਆ 'ਚ ਸੀਗੀ, ਮਤਲਬ ਡਿਵਾਈਨ ਐਕਸਪੀਰੀਅੰਸ, ਅਲੱਗ ਹੀ ਇਹ ਬੰਦਾ, ਅਲੱਗ ਹੀ ਹੈ ਦਿਲਜੀਤ ਦੋਸਾਂਜ, ਅਲੱਗ ਹੈ, ਇਸ ਨੋਰਮਲ, ਇਸ ਨੋਟ ਅ ਨੋਰਮਲ ਪਰਸਨ. ਸਭ ਤੋਂ ਵਧੀਆ ਸ਼ਾਮ ਸੀ ਮੇਰੀ ਜ਼ਿੰਦਗੀ ਦੀ, ਬਹੁਤ ਵਧੀਆ, ਮੈਨੂੰ ਸਾਰੇ ਗਾਣੇ ਆਉਂਦੇ ਸੀ, ਮੈਂ ਇੰਨਾ ਗਾਈ, ਮੇਰਾ ਗਲਾ ਦੁੱਖ ਲੱਗ ਗਿਆ. ਬਸ ਓ ਮਾਈ ਗੋਡ, ਵਾਟ ਅ ਸ਼ੋਅ, ਵਾਟ ਹੈਵ ਯੂ ਵਿਟਨੈਸਡ, ਦਿਸ ਵਾਸ ਹਿਸਟਰੀ ਇਨ ਮੇਕਿੰਗ. ਦਿਲਜੀਤ ਪਾਜੀ, ਯੂ ਆਰ ਏਸਿੰਗ ਇਟ, ਰੌਕਿੰਗ ਇਟ, ਐਂਡ ਵੀ ਆਰ ਸੋ ਗਲੈਡ. ਪਹਿਲੀ ਵਾਰ ਮੈਂ ਕੋਈ ਸ਼ੋਅ ਦੇਖਣ ਆਈ ਹਾਂ ਦਿਲਜੀਤ ਪਾਜੀ ਦਾ, ਮੇਰੇ ਹਸਬੈਂਡ ਵੀ ਇੱਥੇ ਨਹੀਂ ਸੀ ਆਏ, ਫਿਰ ਵੀ ਮੈਂ ਆਈ. ਆਪਾਂ ਤਰਸਦੇ ਹੀ ਯਾਰ, ਇਹੋ ਜਿਹੀਆਂ ਚੀਜ਼ਾਂ ਨੂੰ ਯਾਰ, ਸੋ ਡੈਮ ਗੁੱਡ ਯਾਰ. ਪਾਜੀ ਅਸੀਂ ਤੁਹਾਡੀ ਹੰਬਲਨੈਸ ਦੇ ਇੰਨੇ ਵੱਡੇ ਫੈਨ ਆ, ਇਨਸਪੀਰੇਸ਼ਨ, ਦ ਬੈਸਟ ਸ਼ੋਅ, ਸੋ ਗਰਾਊਂਡਡ, ਅਸੀਂ ਇੰਨਾ ਕੁਝ ਸਿੱਖਣ ਨੂੰ ਮਿਲਦਾ, ਮਤਲਬ ਇੰਨਾ ਪਿਆਰ, ਕੋਈ ਦੁਸ਼ਮਣੀ ਨਹੀਂ, ਕੋਈ ਹੇਟ ਨਹੀਂ, ਕੋਈ ਕੁਛ ਨਹੀਂ, ਭਾਜੀ ਇੱਦਾਂ ਹੀ ਰਹੋ. ਪ੍ਰਾਊਡ ਆਫ ਯੂ ਦੋਸਾਂਝਾ ਵਾਲੇ ਆ, ਬਹੁਤ ਜ਼ਿਆਦਾ ਤਰੱਕੀ ਕਰੋ ਤੇ ਕੀ ਪ੍ਰਾਈਜ਼ਿੰਗ, ਚੜ੍ਹਦੀ ਕਲਾ ਚ ਰਹੋ. ਸਭ ਤੋਂ ਪਹਿਲੇ ਰੱਬ ਦਾ ਸ਼ੁਕਰਾਨਾ ਕਿ ਉਹਨਾਂ ਨੇ ਹਮਕੋ ਆਪਕੇ ਪਾਸ ਇਹ ਸ਼ੋਅ ਦੇਖਨੇ ਕਾ ਮੌਕਾ ਦਿਆ, ਔਰ ਆਪਕਾ ਵੀ ਸ਼ੁਕਰਾਨਾ ਕਿ ਆਪਕਾ ਜੋ ਚਾਮ ਹੈ ਚਿਹਰੇ ਕਾ ਸਮਾਈਲ ਡਿਵਾਈਨ, ਔਰ ਜੋ ਆਪਕੀ ਸਟਾਰਟਿੰਗ ਸੇ ਲੇਕਰ ਐਂਡ ਤੱਕ ਕੀ ਐਨਰਜੀ, ਔਰ ਪੂਰੇ ਕਰਾਊਡ ਕੋ ਰੱਖਨੇ ਕੀ ਐਨਰਜੀ, ਬਹੁਤ ਹੀ ਪਿਆਰੀ. ਥੈਂਕ ਯੂ. ਹੈਲੋ ਦਿਲਜੀਤ, ਹੋਲਾ. I was vibing with him. I could literally vibe with him. So that was the moment I had of my life, because I could literally see in his eyes and vibe. So that was the best moment ever. So I am like paisa vasool, bilkul maza aa gaya. Parkinson di problem hai te eh zyada der baith nahi sakde, na normal nahi rehnde, thodi thodi der baad na down hunde jande, but throughout the show he was fully active
ਉਹਨਾਂ ਨੇ ਫੁੱਲੀ ਮਤਲਬ ਅੱਛੀ ਤਰ੍ਹਾਂ ਪਾਰਟੀਸਪੇਟ ਕੀਤਾ ਅਤੇ ਬਹੁਤ ਹੀ ਇੰਜੋਏ ਕੀਤਾ, ਬਹੁਤ ਪੋਜ਼ਿਟਿਵ ਵਾਈਬ ਔਰ ਬਹੁਤ ਅੱਛਾ ਲੱਗਾ ਸਾਨੂੰ। ਵੈਸੇ ਪਹਿਲਾਂ ਸੋਚਦੇ ਸੀ ਸ਼ਾਇਦ ਨਾ ਜਾ ਹੋਵੇ, ਲੇਕਿਨ ਜਿੰਨੀ ਦੇਰ ਤੁਹਾਡੇ ਪ੍ਰੋਗਰਾਮ 'ਚ ਬੈਠੇ ਰਹੇ, ਇਟ ਵਾਜ਼ ਅਮੇਜ਼ਿੰਗ ਤੁਹਾਡਾ ਪ੍ਰੋਗਰਾਮ ਅਤੇ ਮੇਰੀ ਸਿਹਤ ਬਹੁਤ ਵਧੀਆ ਰਹੀ। ਸਰ ਜੀ ਵਾਹਿਗੁਰੂ ਤੁਹਾਨੂੰ ਇੱਦਾਂ ਚੜ੍ਹਦੀ ਕਲਾ 'ਚ ਰੱਖੇ ਅਤੇ ਅਸੀਂ ਤੁਹਾਡੇ ਪ੍ਰੋਗਰਾਮ ਦੇਖਦੇ ਰਹੀਏ ਅਤੇ ਖੁਸ਼ ਹੁੰਦੇ ਰਹੀਏ।